बेटे फोर्थ क्वेश्चन, दरबारा सिंह ना दरबारा सिंह चाहता होया भी कपूर सिंह की मदद नहीं सी कर रहा, क्यों? जदों कपूर सिंह नूं सांझी कंध बनाउण दी जरूरत पई ते उसने दरबारा सिंह नाल सलाह कीती, पर दरबारा सिंह दी उठनी बैठनी किस नाल है बेटे? सरपंच नाल। धम्मा सिंह सरपंच नाल है। धम्मा सिंह दी धम्मा सिंह सरपंच नाल दरबारा सिंह दी उठनी बैठनी है ते धम्मा सिंह सरपंच दरबारा सिंह नू हर समय कपूर सिंह दे खिलाफ भड़काउंदा रहिंदा है, इस लई दरबारा सिंह कोई भी क्वेश्चन दा आंसर 3-4 लाइना तो एक्सीड नहीं करना बेटे, 2 दी पॉइंट आंसर देना है। इस लई दरबारा सिंह ना चाहते हुए भी कपूर सिंह दी सांझी कंध बनाउण विच मदद नहीं सी कर रहा। नेक्स्ट क्वेश्चन, कपूर सिंह नूं केड़ी गल दा डर सी जिस करके दरबारा सिंह प्रति ओह निरमाई वरत रहा सी? किस गल दा डर सी जिस करके ओह दरबारा सिंह प्रति निरमाई वरत रहा सी? कपूर सिंह आंसर लिखो बेटे। कपूर सिंह जो कि आर्थिक पक्षों कमजोर है ते दूजे पासे दरबारा सिंह अपने घर विच दूसरे पासे दरबारा सिंह अपने घर विच आर्थिक पक्षों पूरा है, आर्थिक पक्षों जब उसनु कोई कमी नहीं है, इस तरह लिख लो, आर्थिक पक्षों हो आर्थिक पक्षों ओह पूरा है जां उसनु आर्थिक पक्षों कोई कमी नहीं, कपूर सिंह नू अपनी सांझी कंध कारण दरबारा सिंह नाल पैसे बनाउण दी गल करनी पई, पर उसनु नाल ही इस गल दा डर है इस गल दा डर है किसे किते किते सांझी कंध दे झगड़े कारण उन्हां दी बोलचाल बंद ना हो जाए ते पुश्तां लई वैर खड़ा ना हो जाए। पुश्तां लई मीन्स अगों जनरेशन टू जनरेशन पुश्तां लई वैर खड़ा ना हो जाए। कपूर सिंह नू सांझी कंध बनाउण दे दी गल नू लैके इस गल दा भी डर है कि इस झगड़े कारण इस सांझी कंध दे झगड़े कारण
ਕਿਤੇ ਦੋਨਾਂ ਦੀ ਬੋਲਚਾਲ ਨਾ ਬੰਦ ਹੋ ਜਾਏ ਤੇ ਪੁਸ਼ਤਾਂ ਲਈ ਝਗੜਾ ਨਾ ਪੁਸ਼ਤਾਂ ਲਈ ਵੈਰ ਖੜਾ ਨਾ ਹੋ ਜਾਏ। ਇਸ ਕਰਕੇ ਇੱਕ ਸਾਲ ਬੀਤਣ ਤੋਂ ਬਾਅਦ ਵੀ ਕਪੂਰ ਸਿੰਘ ਦਰਬਾਰਾ ਸਿੰਘ ਕੋਲੋਂ ਪੈਸੇ ਮੰਗਣ ਤੋਂ ਘਬਰਾਉਂਦਾ ਹੈ, ਪੈਸੇ ਮੰਗਣ ਤੋਂ ਮੰਗਣ ਦੀ ਛੇੜ ਨਹੀਂ ਛੇੜਨਾ ਚਾਹੁੰਦਾ, ਛੇੜ ਨਹੀਂ ਛੇੜਨਾ ਚਾਹੁੰਦਾ ਜਾਂ ਘਬਰਾਉਂਦਾ ਹੈ। ਜਦਕਿ ਪੈਸੇ ਦੇਣ ਲਈ ਕਿਸੇ ਸਾਹਮਣੇ ਲਿਖਤ ਹੋਈ ਸੀ, ਸਾਰੇ ਪੰਚਾਇਤ ਦੇ ਸਾਹਮਣੇ ਪਿੰਡ ਦੇ ਸਾਹਮਣੇ ਲਿਖਤ ਹੋਈ ਸੀ ਕਿ ਉਹ ਕਿਸ਼ਤਾਂ ਵਿੱਚ ਦੇਗਾ, ਫਿਰ ਵੀ ਉਹ ਘਬਰਾਉਂਦਾ। ਪਿੰਡ ਦੇ ਸਾਹਮਣੇ ਜਦੋਂ ਲਿਖਤ ਹੋਈ ਹੋਵੇ ਤਾਂ ਉਹ ਮੁੱਕਰ ਨਹੀਂ ਸਕਦਾ, ਪਰ ਫਿਰ ਵੀ ਉਸਨੂੰ ਡਰ ਹੈ। ਇੱਕ ਤਾਂ ਲੜਾਈ ਝਗੜਾ ਦੇ ਕਾਰਨ, ਸਾਂਝੀ ਕੰਧ ਦੇ ਕਾਰਨ ਦੋਨਾਂ ਚ ਆਪਸੀ ਬੋਲਚਾਲ ਬੰਦ ਹੋ ਗਈ ਤਾਂ ਪੁਸ਼ਤਾਂ ਵਿੱਚ ਵੈਰ ਪੈਦਾ ਹੋ ਜਾਣਾ, ਇਸ ਗੱਲ ਦਾ ਡਰ ਹੈ। ਤੇ ਦੂਜਾ ਕੀ ਡਰ ਹੈ? ਆਪਸ ਵਿੱਚ ਉਹਨਾਂ ਭਰਾ ਭਰਾਵਾਂ ਦਾ ਬਿਲਕੁਲ ਹੀ ਰਿਸ਼ਤਾ ਖਤਮ ਹੋ ਜਾਏਗਾ ਦੁੱਖ ਸੁੱਖ ਦੇ ਸਮੇਂ। ਨੈਕਸਟ ਕੁਸ਼ਚਨ, ਨੈਕਸਟ ਕੁਸ਼ਚਨ ਇਸ ਸਭ ਦੂਰ ਹੋ ਜੂ, ਕੈਪਸ਼ਨ ਹੈ, ਇੱਕ ਤੁੱਕ ਹੈ, ਸਭ ਦੂਰ ਹੋ ਜੂ ਚੁਗਾਠ ਬਚ ਰਹੇ ਵਾਨ ਬਥੇਰਾ, ਇੱਕ ਕਹਾਵਤ ਹੈ। ਚੁਗਾਠ ਬਚ ਰਹੇ, ਚੁਗਾਠ ਦਾ ਮਤਲਬ ਹੈ ਬੰਦਾ ਘਰ ਦਾ ਮੇਨ ਬਚਣਾ ਚਾਹੀਦਾ ਹੈ, ਵਾਨ ਬਥੇਰਾ, ਹੋਰ ਚੀਜ਼ਾਂ ਤਾਂ ਸਭ ਬਹੁਤ ਨੇ ਇਨਸਾਨ ਦੇ ਨਾਲ, ਜੇ ਜਾਨ ਹੈ ਜਹਾਨ ਹੈ। ਜਦੋਂ ਕੋਈ ਇਨਸਾਨ ਕਿਸੇ ਮੰਜੀ ਬਿਸਤਰ ਤੇ ਪਿਆ ਹੁੰਦਾ ਤਾਂ ਉਹਨੂੰ ਸੰਸਾਰ ਦੀ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਆਪਣੇ ਵੀ ਨਹੀਂ ਚੰਗੇ ਲੱਗਦੇ, ਕਹਿੰਦੇ ਮੇਰੇ ਕੋਲੋਂ ਸਭ ਦੂਰ ਹੋ ਜਾਓ, ਕਿਉਂਕਿ ਸਾਰਾ ਧਿਆਨ ਸਿਹਤ ਮੰਗਦੀ ਹੈ। ਸਭ ਦੂਰ ਹੋ ਜੂ, ਇਹ ਵਰਡਿੰਗ ਕਿਹਦੀ ਹੈ ਵੈਸੇ? ਜੇ ਵਨ ਮਾਰਕ ਕੁਸ਼ਚਨ ਆਏ ਕਪੂਰ ਸਿੰਘ ਦੀ, ਕਿਸ ਨੂੰ ਹੌਸਲਾ ਦਿੰਦੇ ਹੋਏ ਕਹਿੰਦਾ? ਇਹ ਹੌਸਲਾ ਦੇਣ ਵਾਲੀ ਹੈ ਸ਼ਬਦਾਵਲੀ ਕਪੂਰ ਸਿੰਘ ਵੱਲੋਂ, ਜਦੋਂ ਦਰਬਾਰਾ ਸਿੰਘ ਬਿਮਾਰੀ ਦੀ ਹਾਲਤ ਵਿੱਚ ਮੰਜੇ ਤੇ ਪਿਆ ਔਰ ਦਿਨ ਪ੍ਰਤੀ ਦਿਨ ਉਹਦੀ ਹਾਲਤ ਨਿਗਰਦੀ ਜਾ ਰਹੀ ਹੈ, ਉਹ ਲਿੱਸਾ ਹੁੰਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ, ਉਸ ਸਮੇਂ ਉਹਨੂੰ ਹੌਸਲਾ ਦਿੰਦਾ ਹੋਇਆ ਕਪੂਰ ਸਿੰਘ ਕਹਿੰਦਾ ਹੈ, ਲਿਖੋ ਬੇਟੇ ਇਹ ਸ਼ਬਦ, ਕਪੂਰ ਸਿੰਘ ਨੇ ਦਰਬਾਰਾ ਸਿੰਘ ਨੂੰ ਉਸ ਸਮੇਂ ਕਹੇ ਹਨ ਜਦੋਂ ਉਸਨੂੰ ਦਰਬਾਰਾ ਸਿੰਘ ਦੀ, ਬੋਲੋ ਅੱਗੇ ਲਾਈਨ ਕੀ ਕੰਪਲੀਟ ਕਰੋਗੇ? ਦਰਬਾਰਾ ਸਿੰਘ ਦੀ ਸਿਹਤ ਦੀ ਖਰਾਬੀ ਬਾਰੇ ਪਤਾ ਚੱਲਦਾ ਤਾਂ ਉਸਦੇ ਘਰ ਉਹ ਜਾਂਦਾ ਹੈ, ਤਾਂ ਉਸਨੂੰ ਬਿਮਾਰ ਦੇਖ ਕੇ, ਉਸਦੀ ਨਿਗਰਦੀ ਹੋਈ ਹਾਲਤ ਦੇਖ ਕੇ, ਉਸਦਾ ਸਰੀਰ ਕਿਹੋ ਜਿਹਾ ਬਣਿਆ ਹੋਇਆ ਦੱਸੋ, ਕੱਲ ਦੇ ਆਪਾਂ ਪਿੰਜਰ, ਹੱਡੀਆਂ ਦੀ ਮੁੱਠ, ਉਸਦੀ ਹਾਲਤ, ਬਿਮਾਰੀ ਦੀ ਹਾਲਤ ਮਾੜੀ ਦੇਖ ਕੇ ਉਸਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਹੁਣ ਇਸ ਜਿਹੜੀ ਲਾਈਨ ਹੈ, ਕੀ ਲਾਈਨ ਹੈ ਬੇਟੇ? ਸਭ ਦੂਰ ਹੋ ਜੂ ਚੁਗਾਠ ਬਚ ਰਹੇ ਵਾਨ ਬਥੇ, ਇਹਦਾ ਮੀਨਿੰਗ ਲਿਖਣਾ ਹੈ, ਇਹਦਾ ਭਾਵ ਅਰਥ ਕੀ ਹੈ? ਉਸਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ ਹੈ ਕਿ ਉਹ ਜਲਦੀ ਠੀਕ ਹੋ ਜਾਏ, ਕਿਸੇ ਚੀਜ਼ ਦੀ ਹੋਰ ਕੋਈ ਕਮੀ ਨਹੀਂ ਹੈ, ਵਾਨ ਬਥੇਰਾ ਮੀਨਸ ਹੋਰ ਸਭ ਕੁਛ ਪੂਰਾ ਹੈ, ਸਭ ਕੁਛ ਪਰਮਾਤਮਾ ਨੇ ਦਿੱਤਾ ਹੋਇਆ, ਬੰਦੇ ਰਾਜ਼ੀ ਰਹਿਣੇ ਚਾਹੀਦੇ ਹੈ, ਘਰ ਦੇ ਵੱਡੇ ਵੀ ਕਹਿੰਦੇ ਬੰਦੇ ਬੱਚੇ ਰਹਿਣੇ ਚਾਹੀਦੇ ਹੈ, ਚੀਜ਼ਾਂ ਦਾ ਕੀ ਹੈ, ਇਨਸਾਨ ਜਿੰਨਾ ਹੈ ਉਹਦੇ ਚ ਵੀ ਗੁਜ਼ਾਰਾ ਕਰ ਲੈਂਦਾ। ਨੈਕਸਟ ਕੁਸ਼ਚਨ, ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਬਿਮਾਰ ਭਰਾ ਦਰਬਾਰੇ ਨੂੰ ਕਿਵੇਂ ਹੌਸਲਾ ਦਿੰਦਾ ਹੈ? ਹਾਂਜੀ, ਇੱਕ ਹੋਰ ਲਾਈਨ ਦੱਸੋ। ਹੋਰ ਕੋਈ ਪੁਆਇੰਟ?
ਕਿ ਉਸਨੂੰ ਮਨੋ ਸਾਰੀਆਂ ਪੁਰਾਣੀਆਂ ਗੱਲਾਂ ਭੁਲਾ ਦੇਣੀਆਂ ਚਾਹੀਦੀਆਂ ਹਨ। ਕਈ ਵਾਰੀ ਇਨਸਾਨ ਮਨੋ ਮਨੀ ਸੋਚ ਕੇ ਨਾ ਕਿ ਮੈਂ ਆਪਣੇ ਭਰਾ ਨਾਲ ਮਾੜੀ ਕੀਤੀ ਹੈ, ਤਾਂ ਵੀ ਇਨਸਾਨ ਵੀ ਦੂਜਿਆਂ ਦੀ ਚੁੱਕ ਵਿੱਚ ਆ ਕੇ ਆਪਸੀ ਰਿਸ਼ਤੇ
खराब नहीं करने चाहिए। यस बेटे रियांशिका, रियांशिका एनी डाउट बेटे? रियांशिका मैम आप पहले म्यूट हो गए थे। ओके बच्चे ठीक है, वो डिस्कनेक्ट हो गई थी बच्चे क्लास। ठीक है, कोई क्वेश्चन क्लियर ना हो या बेटे क्लियर कर लो बच्चे। औखे वेले भरा भरा दा पूरा साथ देना चाहिदा है। लास्ट लाइन, औखे वेले भरा भरा दा पूरा साथ देना चाहिदा है। सेकंड लास्ट, सेकंड क्वेश्चन इज दरबारा सिंह नूं कपूर सिंह नाल सांझी कंध बनाउण दी लोड़ क्यों नहीं सी? यस बेटे मुहावरे मुहावरे ईड़ी भाग, ईड़ी भाग मुहावरिया दे अर्थ लिखो बेटे। इको डगे पिंड मंगना, इको डगे पिंड मंगना बेटे अर्थ भी लिखने हैं, वाक भी बनाने हैं। अपनी फेयर नोटबुक ते अर्थ लिख लो, वाक अपना प्रैक्टिस नोटबुक ते करांगे। इको डगे पिंड मंगना, इको वारी वड्डा काम खत्म करन दी सोचनी, इको वारी इको वारी वड्डा काम खत्म करन दी सोचनी। नेक्स्ट बेटे, एक रंग आना एक रंग जाना, एक रंग आना एक रंग जाना, एक रंग आना एक रंग जाना, घबरा जाना। एक रंग आना एक रंग जाना, घबरा जाना। नेक्स्ट, इको रस्से फाहे देना, इको रस्से फाहे देना, फाहे देना, इको रस्से फाहे देना, इको जिहा सब नाल इको जिहा सलूक करना। इको रस्से फाहे देना, सब नाल इको जिहा सलूक करना। जदों इहदा वाक बनाना है तन्ना वाचक बनना है कि सब नाल सब नूं इको रस्से फाहे नहीं देना चाहीदा। जिहड़ा असली दोषी है उसनूं सजा मिलनी चाहीदी है। जे जमात वेच दो तीन बच्चे इनडिसिप्लिन क्रिएट करदे, मिसबिहेव करदे, तां उसकी सजा पूरी क्लास नूं नहीं मिलनी चाहीदी। इसका भाव है इको रस्से फाहे देना। नेक्स्ट है ईन मनना, ईन मनना, ईन मनना, हार मननी, अधीनगी मननी, नेक्स्ट है ईन मनना, हार मननी जा अधीनगी मननी। नेक्स्ट है बेटे एक अख नाल वेखना है, ऑलरेडी तुसी प्रीवियस क्लासेस कीता है, सब नू एक समान समझना।
सब नो एक समान समझना। नेक्स्ट एक मुठ होना, ये भी ऑलरेडी किता होया, एकता होनी, रल मिल के रहना, एक मुठ होना, एके नाल रहना जा रल मिल के रहना। नेक्स्ट वन इज इट घड़े दा वैर, ये भी ऑलरेडी अपा जूनियर क्लासिक किता है, सुभाविक वैर, इट घड़े दा वैर, इट कुत्ते दा जा इट घड़े दा। सुभाविक वैर। नेक्स्ट एक दिया चार सुनौनिया, एक दिया चार सुनौनिया, किसे दा लिहाज ना करना, एक दिया चार सुनौनिया, किसे दा लिहाज ना करना। नेक्स्ट ईद, ईद दा चन होना, ईद दा चन होना, बहुत देर बाद मिलना, ईद दा चन होना, बहुत देर बाद मिलना। एक एक ते दो ग्यारह। नेक्स्ट वन इज एक एक ते दो ग्यारह, एकता दा महत्व, एकता दा बल, एक एक ते दो ग्यारह, एक एक ते दो ग्यारह, एकता दा महत्व जा एकता दा बल, इज्जत नू। नेक्स्ट वन इज इज्जत नू वट्टा लाउणा, इज्जत नू वट्टा लाउणा, बदनामी करौनी, बदनामी करनी, बेइज्जती करनी, बदनामी करनी, इज्जत नू वट्टा लाउणा जा धक्का लाउणा, धब्बा लाउणा, इज्जत नू धब्बा लाउणा भी हो सकता है बेटे, धब्बा दाग। नेक्स्ट इट दा जवाब पत्थर नाल देना, इट दा जवाब पत्थर नाल देना, ठोक के जवाब देना, इट दा जवाब पत्थर नाल देना, ठोक के जवाब देना, ठोक के जवाब देना। नेक्स्ट इट खड़िका लाउणा, इट खड़िका लाउणा, इट खड़िका लाउणा, झगड़ा करना, झगड़ा करना। बेटे 10 मुहावरे हो गए, 10 13 2 और लिखो फिर वाक बनाने हैं। इट खड़िका लाउणा, झगड़ा करना। नेक्स्ट वन इज इट नाल इट खड़कौनी, इट नाल इट खड़कौनी, तबाही मचौनी, तबाह कर देना। नेक्स्ट इको तकड़ी दे वट्टे होना, इको सुभा वाले होना, इट नाल इट खड़कौनी, तबाह कर देना, इको तकड़ी दे वट्टे होना, इको सुभा वाले होना। हुण बच्चे इन्हां दा वाक बनाओ ਜਿੰਨੇ ਆਪਾਂ ਮੁਹਾਵਰਿਆਂ ਦੇ ਅਰਥ ਸਮਝੇ ਆ। ਫਸਟ ਵਨ ਇਸ ਇੱਕੋ ਡੱਗੇ ਪਿੰਡ ਮੰਗਣਾ, ਇੱਕੋ ਵਾਰੀ ਵੱਡਾ ਕੰਮ ਖਤਮ ਕਰਨ ਦੀ ਸੋਚਣਾ। ਇਹਦਾ ਵਾਕ ਬਣਾਓ ਬੱਚੇ। ਵਾਕ ਬਣਾਉਣ ਦੇ ਲਈ, ਵਾਕ ਬਣਾਉਣ ਲਈ ਘਰੇਲੂ ਜੀਵਨ, ਸਮਾਜਿਕ ਜੀਵਨ, ਆਮ ਜ਼ਿੰਦਗੀ ਨੂੰ ਧਿਆਨ ਚ ਰੱਖ ਕੇ ਵਾਕ ਬਣਾਉਣਾ ਹੈ। ਫੋਰ ਐਗਜ਼ਾਮਪਲ ਇੱਕੋ ਡੱਗੇ ਪਿੰਡ ਮੰਗਣਾ, ਉਸਨੇ ਆਪਣੇ ਪਿਤਾ ਜੀ ਕੋਲੋਂ ਪਹਿਲਾਂ ਨਵਾਂ ਮਕਾਨ ਮੰਗਿਆ, ਕੋਠੀ ਮੰਗੀ, ਫਿਰ ਨਾਲ ਹੀ
कार दी मंग करके उसने इको डगे पिंड मंग लिया, कार दी मंग कर ले जा अपनी सारी जमीन जरा दा हिस्सा मंग के इको डगे पिंड मंग लिया। सेकंड वन इज एक रंग आना एक रंग जाना। साइंस दा औखा पेपर देख के बच्चियां दे चेहरे ते एक रंग आ रहा सी एक रंग जा रहा सी। नेक्स्ट वन इज इको रस्से फाहे देना, सब नाल इको जा सलूक करना, एदा ना वाचक वाक बनाओगे, असली दोषी नू फड़ना चाहिदा है, सब नू इको रस्से फाहे नहीं देना चाहिदा। कीन मननी हार मननी, ये तुसी बनाओगे बात, बोलो पर पंजाबी पंजाबी कदी भी ईन नहीं मनदे। एक अख नाल वेखना ये भी क्लियर ही है, माता पिता अध्यापक सब बच्चों नू एक अख नाल वेखते हैं। एक मुठ होना पंजाबी पंजाबी एक मुठ होके रहिंदे हन। इट घड़े दा वैर सुभाविक वैर, उन्हां दोनों भरावां दा जमीन जायदाद पिछे इट घड़े दा वैर है। थैंक यू सो मच बेटे।